ਜਦੋਂ ਤੱਕ ਮੀਟਿੰਗ ਫਾਈਨਲ ਨਹੀਂ ਹੁੰਦੀ ਉਦੋਂ ਤੱਕ ਕੋਈ ਸਟੇਟਮੈਂਟ ਨਹੀਂ ਬਿਆਨ ਸਮਝੌਤਾ ਹੋ ਗਿਆ ਵੀਰੇ ਹਜੇ ਕੋਈ ਸਮਝੌਤਾ ਨਹੀਂ ਹੋਇਆ ਕੋਈ ਬਾਤਾਂ ਕੁਝ ਚੱਲੀ ਬਾਤਾਂ ਸਭ ਚੱਲ ਰਹੀ ਹੈ ਲੇਕਿਨ ਬਿੰਦੂ ਵਰਗ ਚਰਚਾ ਹੋ ਰਹੀ ਹੈ ਲੇਕਿਨ ਅਭੀ ਤੱਕ ਇੱਕ ਬਾਤ ਵੀ ਡਨ ਨਹੀਂ ਹੋਈ ਐਮਐਸਪੀ ਦੀ ਖਰੀਦ ਗਰੰਟੀ ਕਾਨੂੰਨ ਤੇ ਕਰਜ਼ ਮੁਕਤੀ ਮੇਨ ਵੱਡੀ ਮੰਗ ਉਹ ਹੈ ਸਾਰੀਆਂ ਮੇਨ ਰਿਪੋਰਟ ਦੀ ਵੀਰੇ ਸਵਾਮੀਨਾਥਨ ਆਯੋਗ ਦੀ ਆ ਤੇ ਕਰਜ਼ ਮੁਕਤੀ ਆ ਤੇ ਖਰੀਦ ਗਰੰਟੀ ਕਾਨੂੰਨ ਹੈ ਠੀਕ ਹੈ ਨਾ ਮੀਟਿੰਗ ਚੱਲ ਰਹੀ ਹੈ ਜਦੋਂ ਮੀਟਿੰਗ ਫਾਈਨਲ ਹੁੰਦੀ ਉਹ ਤਾਂ ਕੋਈ ਗੱਲ ਨਹੀਂ ਗੀ ਪਰ ਮੀਟਿੰਗ ਚੱਲ ਰਹੀ ਹੈ ਹਜੇ ਤੱਕ ਕੋਈ ਬੜਾ ਕੁਝ ਨਹੀਂ ਕਰਦਾ ਧੰਨਵਾਦ ਜੇ ਸਹਿ ਬੈਠੇ ਆ ਤਾਂ ਕੁਝ ਬਣਦੀ ਉਮੀਦ ਹੈਗੀ ਪਰ ਮੈਨੂੰ ਚਾਂਸ ਘੱਟ ਲੱਗਦੇ ਆ ਕੁਛ ਬਣ ਸਕਦੀ ਆ ਪਰ ਜਦੋਂ ਤੱਕ ਐਮਐਸਪੀ ਦੀ ਖਰੀਦ ਗਰੰਟੀ ਨੂੰ ਕਰਜ਼ ਮੁਕਤੀ ਹੁੰਦੀ ਉਦੋਂ ਤੱਕ ਜਦੋਂ ਤੱਕ ਮੀਟਿੰਗ ਫਾਈਨਲ ਨਹੀਂ ਹੁੰਦੀ ਉਦੋਂ ਤੱਕ ਕੋਈ ਸਟੇਟਮੈਂਟ ਨਹੀਂ ਬਿਆਨ ਸਮਝੌਤਾ ਹੋ ਗਿਆ ਵੀਰੇ ਹਜੇ ਕੋਈ ਸਮਝੌਤਾ ਨਹੀਂ ਹੋਇਆ ਕੋਈ ਬਾਤਾਂ ਕੁਝ ਚੱਲੀ ਬਾਤਾਂ ਸਭ ਚੱਲ ਰਹੀ ਹੈ ਲੇਕਿਨ ਬਿੰਦੂ ਵਰਗ ਚਰਚਾ ਹੋ ਰਹੀ ਹੈ ਲੇਕਿਨ ਅਭੀ ਤੱਕ ਇੱਕ ਬਾਤ ਵੀ ਡਨ ਨਹੀਂ ਹੋਈ ਕਿੱਥੇ ਫਸਿਆ ਹੋਇਆ ਐਮਐਸਪੀ ਦੀ ਖਰੀਦ ਗਰੰਟੀ ਕਾਨੂੰਨ ਤੇ ਕਰਜ਼ ਮੁਕਤੀ ਮੇਨ ਵੱਡੀ ਮੰਗ ਉਹ ਹੈ ਸਾਰੀਆਂ ਮੇਨ ਰਿਪੋਰਟ ਦੀ ਵੀਰੇ ਸਵਾਮੀਨਾਥਨ ਆਯੋਗ ਦੀ ਆ ਤੇ ਕਰਜ਼ ਮੁਕਤੀ ਆ ਤੇ ਖਰੀਦ ਗਰੰਟੀ ਕਾਨੂੰਨ ਹੈ ਠੀਕ ਹੈ ਨਾ ਮੀਟਿੰਗ ਚੱਲ ਰਹੀ ਹੈ ਜਦੋਂ ਮੀਟਿੰਗ ਫਾਈਨਲ ਨਹੀਂ ਹੁੰਦੀ ਉਹ ਤਾਂ ਕੋਈ ਗੱਲ ਨਹੀਂ ਗੀ ਪਰ ਮੀਟਿੰਗ ਚੱਲ ਰਹੀ ਹੈ ਹਜੇ ਤੱਕ ਕੋਈ ਬੜਾ ਕੁਝ ਨਹੀਂ ਕਰਦਾ ਧੰਨਵਾਦ ਜੇ ਸਹਿ ਬੈਠੇ ਆ ਤਾਂ ਕੁਝ ਬਣਦੀ ਉਮੀਦ ਹੈਗੀ ਪਰ ਮੈਨੂੰ ਚਾਂਸ ਘੱਟ ਲੱਗਦੇ ਆ ਕੁਛ ਬਣ ਸਕਦੀ ਆ ਪਰ ਜਦੋਂ ਤੱਕ ਐਮਐਸਪੀ ਦੀ ਖਰੀਦ ਗਰੰਟੀ ਨੂੰ ਕਰਜ਼ ਮੁਕਤੀ ਹੁੰਦੀ ਉਦੋਂ ਤੱਕ